अस्सलामुअलैकुम वालेकुम। आरिफ, कितना कम आ रहा है? 81 दा 94 तो माशाल्लाह उधर थोड़ा ही कम आई, वो तो कंप्लीट है कंप्लीट है दिया। 1 घंटा लग सी, तकरीबन ही होता है। हाँ 1 घंटा दिया लग सी, ते उधर बाद ही साथ तू फाइनल ले ते वायरिंग वाला कौन ही आया, और 81 दा काम जारी रखा से। 81 दे माडी कार्ड लग गए, रंग हो गए, हुण सीट रांदी है, डैशबोर्ड वगैरह रांदे, शो रांद है, इवें निक सुख रांदी है, बाकी माशाल्लाह ने एडू इसने कंप्लीट कर गए है। ते 94 कल ताई, कल इंशाल्लाह घंटे दो बाद कंप्लीट है, उदिया लिंकां वगैरह ही लग गई हैं, ते सारा बेया काम इंशाल्लाह फिट कर छोड़ा इसे, कल इनू सर्विस करे सूँ वाला, पानी शानी मरे सूँ, रेत वगैरह खड़ी है साफ करके ना, ते बाद कल आसी नेक्स्ट है आखो या हाई कल दा है। तकरीबन अच्छा और कल आ गया तो बात इंशाल्लाह चले बहन है, वायरिंग सिर्फ रही खड़ी है, ते कल इंशाल्लाह छोटा मोटा इधर जेड़ा खड़े ने क्लच वाला राड लाउणे, ते क्लच दा सिस्टम आया पे पैंडल वगैरह, वो कल इंशाल्लाह इसनु ला के ना, बाकी ये फाइनल खड़े शो वगैरह सिर्फ इदी ना, हुण वायरिंग रही खड़ी है, ते बैटरियां रखनियां टापे दे विच, बस इवें छोटा मोटा काम है, काबलां ते बुरशी लाउणी है, बंपर लाया इसे ना, ये काबले वाला इन्हें को बुरशी वगैरह ला दे सो, अगली शील्ड लावनी है क्योंकि वायरिंग करनी है, इन्हें वायरिंग की वजह तो शील्ड ने से लाई, बाकी माशाल्लाह कंप्लीट हो गया सारा। अरे फो यार हूँ उन्होंने का काम तो फाइनल थी कि हूँ 95 का की फैसला थी वे सोचो 95 का मालिक आद है कि मैं कोई होर कि गड्डी खड़ी है वो घिनना उदी थोड़ी नीयत है कारोबार आले इसे दे ਬਈ ਚਲੋ ਕਾਰੋਬਾਰ ਹੀ ਨਾਲ ਦੇ ਨਾਲ ਚੱਲਦਾ ਰਹਾ ਸੀ, ਗੱਡੀਆਂ ਵੀ ਗਿੰਦਾ ਰਹਾ ਸਾਂ ਹੈ ਬਣ ਸੀ ਤਾਂ ਕੰਮ ਸ਼ਾਮੀ, ਲੇਕਿਨ ਉਹ ਆਦੇ ਹੁਣ ਇਸ ਨਹੀਂ ਥਾਂ ਹੀ ਵੇਚਣਾ ਖੁੱਲੀ ਜਾਣ ਕੌਣ ਕਹਿੰਦਾ। ਹਾਂ ਯਾਰ ਗੱਲ ਤਾਂ ਇਵੇਂ ਆਪ ਆਪ ਦਿਲ ਰੱਖ ਔਖ ਸੌਖ ਕਰਾਏ ਖੁੱਲਾ, ਲੇਕਿਨ ਨਕਦ ਪੈਸੇ ਸਾਰੇ ਕੋਲ ਕੋ ਨਹੀਂ, ਕੋਈ ਕਿਸ਼ਤ ਮਿਸ਼ਤ ਕਰਕੇ ਕੁਝ ਹੋਰਾਂ ਪਰਾਂ ਝੂਟਾ ਮੂਟਾ ਦਿਓ, ਇਸ ਤਰ੍ਹਾਂ ਖੁੱਲਾ ਹੋਇਆ ਤਾਂ ਯਾਰ ਅੱਗੇ ਆਖੀ ਤਾਂ ਕਿਨਾ ਬੰਦ ਕਹਿ ਨਹੀਂ ਕਿੱਦਾਂ ਤਾਂ ਖੁੱਲਾ ਹੋਇਆ ਖੁੱਲਾ ਹੋਇਆ ਕਿੱਥੇ ਇਵੇਂ ਨਾ, ਕਿਉਂਕਿ ਇਹਨਾਂ 'ਤੇ ਖਰਚੇ ਬਹੁਤ ਥੀਂਦੇ ਨੇ, ਇਹਨਾਂ ਦੇ ਉੱਤੇ ਦਿਲ ਰੱਖਣਾ ਨਾ ਔਖਾ ਥੀ ਜਾਂਦਾ ਹੈ, ਅਤੇ ਬਹਰਾਲ ਇਹਦਾ ਇਤਨਾ ਖਰਚਾ ਕੋ ਨਹੀਂ, ਉਹ ਤਾਂ ਵਾਅਦੇ ਦਸਾਇਆ ਸੀ ਮਾਲ ਜਿਹੜਾ ਨਿਕਲਾ ਸੀ ਸਾਹਮਣੇ ਦੱਸਾ ਸੀ ਬਕਾਈ ਚੀਜ਼ ਮਕਸਦ ਦੇ ਵਿੱਚ ਅੱਛੀ ਪਈ ਹੈ, ਅਤੇ ਕੋਈ ਚੀਜ਼ ਵਿੱਚ ਮਿਲਾ ਮਿਲਾ ਕੇ ਚੱਲਣ ਕਾਬਿਲ ਚੱਲਣ ਕਾਬਿਲ ਆਈ ਮਾਸ਼ਾਅੱਲਾ, ਕਰੈਂਕ ਅਤੇ ਪਿਨੀਅਨ ਅਤੇ ਇਸ ਤਰ੍ਹਾਂ ਦੇ ਕੁਝ ਆਈਟਮ ਹਨ ਜਿਹੜੇ ਉੱਕੇ ਖਤਮ ਹਨ ਨਾ, ਅਤੇ ਹੁਣ ਇਹਦਾ ਕੀ ਪ੍ਰੋਗਰਾਮ ਕਰਾਏ, ਮਤ ਗਿਹਨੂੰ ਗਿਹਨੂੰ ਆਪ ਨਹੀਂ ਵੀ ਕਿਦਾਂ ਗਏ ਨਾ ਮਾਲੇ ਕੀ ਗੱਲ ਕਰ, ਲੇਕਿਨ ਕਿਸ਼ਤਾਂ ਵਾਲਾ ਮਹਿੰਗਾ ਪਾਏ ਵੇ ਸੀ ਗੁਜ਼ਾਰਾ ਕਰੇ ਸੀ ਹੁਣ ਉਹ ਕੁਝ ਤੂੰ ਤੇ ਅੱਛਾ ਤਾਂ ਰਲ ਟਰੈਕਟਰ ਕੋ ਨਹੀਂ ਪਤਾ ਹੀ ਹੁਣ ਕਿਤਨੀ ਦਿੱਕਤ ਹੈ, ਛੜਾ ਘਾਹ ਵਣ ਹੈ ਨਾ, ਗੱਡੀ ਕਾਹ ਨਹੀਂ ਲੱਭਦੀ, ਤੇਰੇ ਕੋਲ ਕੋ ਨਹੀਂ ਤਾਂ ਹੁਣ ਕਿਤਨਾ ਮਸਲਾ ਹੈ, ਹਾਂ ਅਤੇ ਗੱਡੀ ਇਨਸ਼ਾਅੱਲਾ ਜ਼ਰੂਰੀ ਹੋਣੀ ਚਾਹੀਦੀ, 26-27 ਏਕੜ ਜ਼ਮੀਨ ਮਕਸਦ ਉਸਨੂੰ ਵਾਹਣਾ ਛਾਣਾ ਦਿੱਕਤ ਬਣ ਪੈਂਦੀ, ਹਾਂ ਕੋਈ ਬੋਰੀਆਂ ਵਗੈਰਾ ਚਾਵਣੀਆਂ ਹਲ ਵਾਹਣਾ ਬਲੇਡ ਮਾਰਨਾ ਬਹੁਤ ਸਾਰੇ ਕੰਮ ਉਹਨਾਂ ਤੇ ਵੱਧ ਦਿੱਕਤ ਬਣ ਪੈਂਦੀ ਹੈ, ਅਤੇ ਹੁਣ ਇਹਨੂੰ ਆਰ ਐਫ ਈ ਦਾ ਵੱਧ ਖਰਚਾ ਹੀ ਬਰਦਾਸ਼ਤ ਕਰਨਾ ਪਊਗੀ, ਖਰਚਾ ਤਾਂ ਸਾਫ ਜ਼ਾਹਿਰ ਦਿਸਦਾ ਵੀ ਇਵੇਂ ਨਾ ਲੋਕਾਂ ਦੇ ਲਾਈ ਕਰਨਾ ਆਪਣੇ ਤੇ ਲਾਉਣੇ ਪਏ ਸਨ ਜ਼ਰੂਰ, ਹਾਂ ਯਾਰ ਇਹ ਬੁੱਕਾ ਨਾ ਇਵੇਂ ਮੁਸ਼ਕਿਲ ਦਿਸਦਾ, ਇੱਕ ਤਾਂ ਕਿਸ਼ਤਾਂ ਵਾਲਾ ਮਹਿੰਗਾ ਸੀ ਮਹਿੰਗਾ ਦੇ, ਲੇਕਿਨ ਕੋਈ ਤਾਂ ਹੁਣ ਵਿਕਦਾ ਜੀ ਨਹੀਂ ਗੁਜ਼ਾਰਾ ਕਰੇ, ਅੱਛਾ ਵਿਕਦਾ ਨਹੀਂ ਯਾਰ ਅਸਲ ਕੋਈ ਪਾਏ ਵਈਏ ਆਈ ਥਾਂ ਹੀ ਨਾ, ਤਾਂ ਇਹ ਅਸਾਂ ਇਸ ਨੂੰ ਬੰਦ ਹੀ ਕਰ ਦੇਵਾਂ ਆ ਉਸਨੂੰ ਹੈ ਖੜਾ ਕਰ ਦੇਵਾਂ ਉਸਾਰ ਦੇ, ਹਾਂ ਹਾਂ ਅੱਛਾ ਪਤਾ ਕੀ ਵਜ੍ਹਾ ਕੀ ਆਈ, ਇੱਕ ਸੇਨ ਦਾ ਨੰਬਰ
ਦੂਜਾ ਯਾਰ ਹੀ ਤਾਂ ਪਾਕਿਸਤਾਨ ਹੀ, ਬਿਲਕੁਲ ਅਫਗਾਨਿਸਤਾਨ ਹੀ ਤਾਂ ਨਹੀਂ ਯਾ ਇਰਾਨ ਹੀ ਤਾਂ ਨਹੀਂ, ਪਾਕਿਸਤਾਨ ਦੇ ਹੁੱਕਾ ਸਾਰਾ ਇਵੇਂ ਸਮਝ ਕੇ ਘਾਰੇ ਨਾ ਹਿੱਸਾ ਹੈ ਹੈਂ, ਤੇ ਉਹਦੇ ਨੰਬਰ ਦਾ ਕੋਈ ਮਸਲਾ ਹੀ ਨਹੀਂ, ਪ੍ਰੋਬਲਮ ਨਹੀਂ। ਹਾਂ ਦੂਜਾ ਨਿੱਕੇ ਸੁੱਕੇ ਜਿਹੜੇ ਮਸਲੇ ਹੋਣ ਨਾ, ਉਹਨਾਂ ਨੂੰ ਉੱਕਾ ਬਹਾਲ ਕਰੋ ਨਾ, ਤੇ ਆਖੋ ਉੱਕਾ ਹੀਰਾ ਸ਼ਹਿ ਮਿਲੇ, ਤੇ ਇਹੋ 95-21-22 ਲੱਖ ਤਾਈਂ ਇੰਨੇ ਹੈ ਨਾ, ਇਹਦੇ ਕੋਲ ਹੀਰੇ ਖੜੇ ਨਾ ਖਾਨ, ਉਹ 15 ਲੱਖ ਤੇ ਨਹੀਂ ਦਿੰਦੇ। ਇੱਕ ਬੰਦਾ ਗਿਣਿਆ ਮੈਂ ਤੈਨੂੰ ਦੱਸਿਆ 14,28,000 ਕਿ ਕਿਤਨੇ ਦਾ ਦੱਸਾ ਸੀ, ਤੇ ਉਹ ਵਾਇਰਿੰਗ ਸ਼ੇਅਰਿੰਗ ਕਰਵਾਉਂਦਾ ਤੇ 115 ਲੱਖ ਤੇ ਪਹੁੰਚ ਗਿਆ ਜੀ। ਖੁੱਲਾ ਹੋਇਆ ਹੀ ਕੋ ਨਹੀਂ, ਤੇ ਜਿਹੜੀ ਖੁੱਲ ਸੀ ਤਾਂ ਖਰਚੇ ਤਾਂ ਗਿਣ ਸੀ ਇਵੇਂ ਹੈ ਨਾ, ਮਕਸਦ ਉਤਨੇ 10 ਲੱਖ ਨਾ ਲਾਵੇ, ਇੱਕ 5 ਲੱਖ ਹੀ ਲਾਵੇ ਜਾਂ 4 ਹੀ ਲਾਵੇ ਜਾਂ 19 ਲੱਖ ਹੀ ਤਪਾਏ ਵੈਸੇ। ਹਾਂ ਤੇ ਇੱਕ ਚੀਜ਼ ਨੂੰ ਮਕਸਦ ਬੰਦੇ ਤੇ ਇੱਕ ਚੀਜ਼ ਵੱਲ ਖੋਲ ਕੇ ਦੇਖ ਕੇ ਆਇਲ ਵਗੈਰਾ ਨਵੇਂ, ਤੇ ਇਹ ਮਜ਼ਾ ਤਾਂ ਬਹੁਤ ਜ਼ਿਆਦਾ ਨਹੀਂ, ਕਿਉਂਕਿ ਹੁਣ ਉਹ ਜਿਹੜਾ ਗਿੱਧ ਹੋਏ 15 ਲੱਖ ਦਾ ਨਾ, ਉਹਦੇ ਵਿੱਚ ਆਇਲ ਨਵੇਂ ਨਹੀਂ ਇਵੇਂ ਨਾ, ਉਹ ਆਇਲ ਖੜੇ ਨੇ ਬੰਦ ਖੜੇ, ਬਸ ਇੱਕ ਬੰਦ ਦਾ ਨਾਂ ਹੈ, ਔਰ ਸਾਰੇ ਪਾਕਿਸਤਾਨੀ ਕੰਪਨੀ ਵਾਲੀ ਬੰਦ ਸ਼ਾਇਦ ਇਹਦੇ ਖੁਸ਼ ਥੀਨਨ, ਭਾਵੇਂ 80 ਮਾਡਲ ਹੀ ਹੈ ਨਾ, ਅਤੇ ਉਹ ਹੁਣ ਖੁੱਲ ਖੜੇ, ਉਹਦੇ ਪੈਸੇ ਬੜੇ ਲੱਗ ਸਨ, ਲੇਕਿਨ ਵਿੱਚੋਂ ਨਹੀਂ ਪਤਾ ਵੀ ਵਿੱਚ ਕੇ ਸ਼ਾਇ ਖਤਮ ਹੈ, ਉੱਕਾ ਹੀ ਨਾ ਚਾਹੇ, ਲੇਕਿਨ ਉਹ ਬੰਦ ਉੱਤੇ ਬਹੁਤ ਲੋਕ ਖੁਸ਼ ਥੀ ਵੈਂਦੇ, ਲੇਕਿਨ ਹਰ ਬੰਦ ਗੱਡੀ ਵੀ ਓਕੇ ਨਹੀਂ ਆਉਂਦੀ ਜੀ, ਮਸਲੇ ਬਹੁ ਉਹਨਾਂ, ਕਿਉਂਕਿ ਚੱਲ ਚੱਲ ਕੇ ਨਾ ਅਤੇ ਗੱਸੇ ਪਏ ਉਹਨਾਂ, ਅਤੇ ਆਪ ਗਿੱਧਾ ਤਾਂ ਵੱਧ ਤਾਂ ਪੱਕੀ ਗਾਲ ਕਿ ਰੰਗ ਸਾਵਾ ਕਰ ਸਕਣਾ ਇਵੇਂ ਯਾਰ, ਉੱਕਾ ਯਾਰ ਦਰਖਤਾਂ 'ਚ ਖੜਾ ਅਤੇ ਮਿਲ ਵਾਂਗੇ, ਪੱਤਾ ਹੀ ਨਾ ਲੱਗੇ ਗੱਡੀ ਖੜੀ ਹੈ ਕਿਆ ਚੀਜ਼, ਅਤੇ ਅਗਰ ਆਪ ਨਾ ਗਿੱਧਾ ਵੱਧ ਜੇ, ਹਾਂ ਜਿਹੜੀ ਅਗਲੇ ਬੰਦੇ ਦੀ ਫਰਮਾਇਸ਼ ਹੋ ਸੀ ਉਹਨਾਂ ਦਾ ਆਪ ਰੱਖਾ ਨਾ, ਸਾਵਾ ਰੰਗ ਕੇਬਨ ਨਹੀਂ ਰੱਖਣਾ, 4 ਪਾਈ ਰੱਖ ਕੇ ਆਪਣੇ ਹਲ ਸ਼ਲ ਵਹਿੰਦਾ ਰਹਣਾ, ਕੇਬਨ ਵੱਧ ਇਨਸ਼ਾਅੱਲਾ ਬਣਿਆ ਸੂ ਜ਼ਿੰਦਗੀ ਹੈ। ਹਾਂ ਸਰਦੀਆਂ ਦੇ ਵਿੱਚ ਜੇ ਕੇਬਨ ਵੇਚ ਦਿਸਾਏ, ਖੁਰਲੀ ਵੇਚ ਦਿਸਾਏ, ਅਤੇ ਛੜੀਆਂ ਟੈਂਕੀਆਂ ਅਤੇ ਤਲਵੇਂ ਮਾਲ ਲਾ ਕੇ ਨਾ, ਅਤੇ ਸ਼ੋਈ ਤਕਰੀਬਨ ਨਹੀਂ ਲਾਉਣਾ, ਸ਼ੋਈ ਆਪਣਾ ਬਣਿਆ ਸੂ ਇਨਸ਼ਾਅੱਲਾ, ਉਹਦੇ 3 ਪੱਲਾਂ ਵਾਲਾ ਅਲੱਗ ਮਕਸਦ ਕਾਬਲੇ ਲਾ ਕੇ, ਕਿ ਕੋਈ ਸ਼ੀਲਡ ਖਰਾਬ ਥੀਂਦੀ ਹੈ ਤੋ ਸ਼ੀਲਡ ਬਈ ਪਾ ਦਿਓ, ਕੁਝ ਮਾਡਲ ਦੇ ਵਿੱਚ ਉਹ ਕਾਬਲਾਂ ਵਾਲਾ ਦਿੱਤਾ ਨਹੀਂ, ਮੇਰੇ ਖਿਆਲ ਵੀ ਪਾਕਿਸਤਾਨ ਵਿੱਚ ਨਹੀਂ ਆਏ, ਥੋੜ੍ਹਾ ਉਹ ਅਗਲਾ ਪਾਸਾ ਨਾ ਉਤਲੇ ਪਾਸੋ ਇੱਕ ਸਲੋਪ ਇੱਕ ਤੱਲੂ ਸਲੋਪ, ਇਹ ਤਾਂ ਇਵੇਂ ਤੱਲੂ ਘਾਟੇ ਨਾ ਅਤੇ ਉੱਤੋਂ ਜ਼ਿਆਦਾ, ਉਹ ਉੱਤੋਂ ਘਾਟੇ ਤੱਲੂ ਜ਼ਿਆਦਾ, ਉਹਦੀ ਸਟੇਅਰਿੰਗ ਅਸੈਂਬਲੀ ਕੋਈ ਉਹਨਾਂ ਉਸਨੂੰ ਯੂਨਿਟ ਲਾ ਕੇ ਨਾ, ਉਹ ਬਹੁਤ ਸੋਹਣਾ ਅੱਗੂ ਇਵੇਂ ਨਾ, ਇਹ ਇਵੇਂ ਡਾਵਾਂ ਥੀਂਦਾ, ਇਹ ਇਵੇਂ ਹੈ ਨਾ ਅਤੇ ਉਹ ਇਵੇਂ ਥੀ ਜਾਂਦਾ, ਥੋੜ੍ਹਾ ਜਿਵੇਂ ਇਹ ਮਕਸਦ 94 ਦਾ ਨਾ, ਉਹ ਅੱਗੂ ਕੇ ਬਣਨੇ ਇਵੇਂ ਡਾਵਾਂ ਬਣਾਇਆ ਇਵੇਂ ਰਹੀ, ਦੋ ਬਰਲ ਖੂਬਸੂਰਤੀ ਦੇ ਵਿੱਚ ਹਨ, ਔਰ ਵਿਦੂ ਅਤੇ ਐਟਮ ਸ਼ੈਟਮ ਹੀ ਬਹੁ ਹਨ, ਸ਼ੀਸ਼ੇ ਵਗੈਰਾ ਬੰਪਰ ਸ਼ੋਈ ਠੀਕ ਪਏ, ਖੁਰਲੀ ਗੁਜ਼ਾਰੇ ਦੀ ਪਈ ਹੈ, ਇਤਨੀ ਮਾੜੀ ਨਹੀਂ, ਹਾਂ ਵੇਟ ਸ਼ੇਟ ਹਨ, ਬਿਹਤਰੀਨ ਸਿਸਟਮ ਹੈ, ਹਾਂ ਚਲੋ ਡੂ ਟਾਇਰ ਗਿਣ ਗਿਣ ਸਾਏ ਨਾ, ਅਗਰ ਇਹ ਆਪ ਗਿਣ ਗਿਦਾ ਨਾ, ਤਾਂ ਡੂ ਟਾਇਰ ਇੱਕ ਅਗਲਾ ਇੱਕ ਪਿਛਲਾ, ਅਗਲਾ ਤਾਂ ਪਿਆ ਪਿਆ ਪਾੜਾਂਗੇ, ਪਿਛਲਾ ਵਾਰ ਮੌਕੇ ਤੇ ਚੱਲਣ ਦਾ ਹੈ, ਨਹੀਂ ਤਾਂ ਵੱਧ ਇਹ ਮੋਟੇ ਸਟਾਏ ਨੇ ਆਪਣੇ ਪੈਣ ਪੁਰਾਣੇ, ਇਹ ਤਾਂ ਵੱਧ 5 ਸਾਲ ਹੋਰ ਨਹੀਂ ਮੈਂਦੇ ਇਵੇਂ ਨਹੀਂ, ਜੋ 95 ਤੇ ਦਿਲ ਹੋਵੇ ਤਾਂ ਫੋਨ ਕਰਨਾ ਹੈ, ਕਮੈਂਟ ਕਰਨਾ ਹੈ, ਖੁੱਲ੍ਹਾ ਪੇ, ਇਹਦੀ ਲਾਸਟ ਡਿਮਾਂਡ 8,15,000 ਆਈ, 95 ਮਾਡਲ ਆਈ, ਸਿਨ ਦਾ ਨੰਬਰ ਆਈ, ਬਿਆ ਕੇਸ਼ ਆਈ, ਬੰਪਰ ਤੇ ਸ਼ੀਸ਼ੇ ਮਿਸ਼ੇ ਹਨ, ਹਾਂ ਬਿਆ ਖੁੱਲ੍ਹਾ ਹੋਇਆ, ਵੀਡੀਓ ਤੁਹਾਡੇ ਅੱਗੂ ਪਈਆਂ ਚੈਨਲ 'ਤੇ ਦੇਖੋ, ਕਹਿਣ ਦਾ ਦਿਲ ਹੋਵੇ ਤਾਂ ਆਓ, ਜੋ ਨਾ ਹੋਵੇ ਤਾਂ ਵੱਧ ਆਪ ਦਰਖ ਮਰੇ ਸੂ ਹੈ, ਕਿਉਂਕਿ ਹੁਣ ਇਤਨਾ ਦੂਰੋਂ ਸਦਵਾਏ ਹੀ ਹੱਸੇ, ਆਇਆ ਤਾਂ ਵੱਧ ਇਸ ਨੂੰ ਖੁਲਵਾਏ ਹੀ ਹੱਸੇ, ਬਿਲਕੁਲ
ਇਤਨੇ ਕੰਮ ਕਰਕੇ ਨਾ ਵਾਪਸ ਹੁਣ ਵਾਪਸ ਤਾਂ ਵਾਦਾ ਔਖੀ ਗੱਲ ਹੈ ਨਾ, ਵਾਪਸ ਤਾਂ ਹੁਣ ਇਹ ਖੁੱਲ੍ਹਾ ਹੋਇਆ ਵਾਂ ਦਵਾ ਬਣਵਾਇਆ ਦਾ ਮਾਲਿਕ ਨਹੀਂ। ਠੀਕ ਹੈ ਜਨਾਬ, ਅੱਲਾ ਹਾਫਿਜ਼।